ਇੰਡੀਆ ਨਿਊਜ਼ ਬਲਟਨ ਵਿੱਚ ਤੁਹਾਡਾ ਸਵਾਗਤ ਮੈਂ ਰਮਨ ਸਿੱਧੂ ਅੱਜ ਦੇ ਬਲਟਨ ਵਿੱਚ ਨਜ਼ਰ ਮਾਰਾਂਗੇ ਭਾਰਤ ਨਾਲ ਜੁੜੀ ਹਰ ਵੱਡੀ ਤੇ ਅਹਿਮ ਖਬਰ ਤੇ ਸ਼ੁਰੂ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਨਾਲ ਟੱਲੇਵਾਲੋਂ ਮਿਲਨ ਹਸਪਤਾਲ ਪੁੱਜੀ ਕਿਸਾਨ ਆਗੂ ਹਰਾਸਤ ਚ ਲੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੰਗਵੀਰ ਸਿੰਘ ਨੇ ਕਿਹਾ ਅਕਾਲ ਤਖਤ ਤੇ ਪੇਸ਼ ਹੋਣ ਵਾਲੇ ਅਕਾਲੀ ਆਗੂ ਮर्याਦਾ ਕਾਇਮ ਰੱਖਣ ਸੋਰੇ ਨੇ ਚਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋ ਚੁੱਕੀ ਸੋ ਜੰਮੂ ਕਸ਼ਮੀਰ ਤੇ ਪਾਕਿਸਤਾਨ ਚ ਪੁਚਾਲ ਦੇ ਝਟਕੇ ਸਾਈਬਰ ਅਪਰਾਧ ਮਾਮਲੇ ਚ ਛਾਪਾ ਮਾਰਨ ਗਈ ਈਡੀ ਟੀਮ ਤੇ ਹਮਲਾ ਈਡੀ ਵੱਲੋਂ ਪੰਜਾਬ ਤੇ ਨੌਇਡਾ ਚ ਪੰਜ ਥਾਮਾਂ ਤੇ ਛਾਪੇ ਹਾਈ ਕੋਰਟ ਵੱਲੋਂ ਪੂਜਾ ਖੇੜਕਰ ਦੀ ਅਗਾਊ ਜਮਾਨਤ ਅਰਜੀ ਤੇ ਫੈਸਲਾ ਰਾਕਮਾ ਪ੍ਰਿਆੰਗਾ ਨੇ ਸਵਿਤਾਨ ਦੀ ਕਾਪੀ ਫੜ ਕੇ ਚੁੱਕੀ ਸੋ ਹੁਣ ਖਬਰਾਂ ਵਿਸਥਾਰ ਨਾਲ ਖਨੌਰੀ ਬਾਡਰ ਤੋਂ ਮਾਰਨ ਵਰਤ ਦੇ ਬੈਠਣ ਤੋਂ ਪਹਿਲਾਂ ਡੀ ਐਮ ਸੀ ਹਸਪਤਾਲ ਵਿੱਚ ਨਜਰਬੰਦ ਕੀਤੇ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕਈ ਕਿਸਾਨ ਆਗੂ ਪੁਜੇ ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਰੋਕ ਲਿਆ ਕਿਸਾਨ ਆਗੂ ਜਦੋਂ ਡੱਲੇਵਾਲ ਨੂੰ ਮਿਲਣ ਲਈ ਅੜ ਗਏ ਤਾਂ ਪੁਲਿਸ ਅਧਿਕਾਰੀਆਂ ਨੇ ਦੋ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਮਗਰੋਂ ਕਾਫੀ ਹੰਗਾਮਾ ਹੋਇਆ ਦੂਜੇ ਪਾਸੇ ਡੱਲੇਵਾਲ ਦੇ ਪਰਿਵਾਰ ਨੇ ਦਾਵਾ ਕੀਤਾ ਹੈ ਕਿ ਉਹਨਾਂ ਹਸਪਤਾਲ ਅੰਦਰ ਹੀ ਮਰਨ ਵੱਲ ਤੁਰੂ ਸ਼ੁਰੂ ਕਰ ਦਿੱਤਾ ਹੈ ਕਿਸਾਨ ਆਗੂ ਸੁਖਦੇਵ ਸਿੰਘ ਪੋਜਪੁਰ ਤੇ ਹੋਰ ਆਗੂ ਇਸ ਗੱਲ ਤੇ ਅੜੇ ਰਹੇ ਕਿ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਤੋਂ ਬਾਅਦ ਹੀ ਵਾਪਸ ਜਾਣਗੇ ਕੁਝ ਕਿਸਾਨ ਆਗੂ ਦੇਰ ਸ਼ਾਮ ਤੱਕ ਹਸਪਤਾਲ ਦੇ ਬਾਹਰ ਖੜੇ ਰਹੇ ਇਸ ਦੌਰਾਨ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਤੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਸਾਨ ਆਗੂ ਸੁਖਦੇਵ ਸਿੰਘ ਦੀ ਪੁਲਿਸ ਨਾਲ ਕਾਫੀ ਬਹਿਸ ਹੋ ਗਈ। ਉਹਨਾਂ ਜਦੋਂ ਜ਼ਬਰੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਿਸਾਨ ਆਗੂਆਂ ਨੇ ਦੋਸ਼ ਲਗਾਏ ਹੈ ਕਿ ਸਰਕਾਰ ਸਿੱਧੇ ਤੌਰ ਤੇ ਤੱਕਾ ਕਰ ਰਹੀ ਹੈ। ਦੂਜੇ ਪਾਸੇ ਡੱਲੇਵਾਲ ਦੇ ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਹਸਪਤਾਲ ਵਿੱਚ ਹੀ ਮਰਨwarte ਸ਼ੁਰੂ ਕਰ ਦਿੱਤਾ ਹੈ ਤੇ ਉਹ ਕੁਝ ਵੀ ਖਾ ਪੀ ਨਹੀਂ ਰਹੇ ਨੇ। ਜ਼ਿਕਰ ਹੋਇਆ ਹੈ ਕਿ 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਡਰ ਤੇ ਮਰਨਵਾਰਤ ਸ਼ੁਰੂ ਕਰਨ ਜਾ ਰਹੇ ਸਨ ਤਾਂ ਪੁਲਿਸ ਨੇ ਤੜਕੇ ਹੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਫਿਰ ਡੀ ਐਮ ਸੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਸੀ। ਸ਼ੋਮਨੀ ਅਕਾਲੀਤਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਖਿਲਾਫ 2 ਦਸੰਬਰ ਨੂੰ ਹੋਣ ਵਾਲੀ ਕਾਰਵਾਈ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੰਗਵੀਰ ਸਿੰਘ ਵੱਲੋਂ ਸਮੂਹ ਅਕਾਲੀ ਆਗੂਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਇਸ ਮੌਕੇ ਧਾਰਮਿਕ ਸਥਾਨ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਇਸ ਵੰਦੀ ਜਥੇਦਾਰ ਗਿਆਨੀ ਰੰਗਵੀਰ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਭੇਜੇ ਗਏ ਪੱਤਰ ਰਾਹੀਂ ਪੇਸ਼ ਹੋਣ ਵਾਲੇ ਸਮੂਹ ਅਕਾਲੀ ਆਗੂਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ 2 ਦਸੰਬਰ ਨੂੰ ਬਾਅਦ ਦੁਪਹਿਰ 1 ਵਜੇ ਅਕਾਲ ਤਖਤ ਵਿਖੇ ਪੇਸ਼ ਹੋਣ ਸਮੇਂ ਜੇ ਉਹਨਾਂ ਦੇ ਹਮਾਇਤੀਆਂ ਵੱਲੋਂ ਕਿਸੇ ਵੀ ਕਿਸਮ ਦਾ ਰੌਲਾ ਰੱਪਾ ਪਾ ਕੇ ਪਵਿੱਤਰ ਸਥਾਨ ਦੀ ਮਾਨ ਮਰਿਆਦਾ ਨੂੰ ਭੰਗ ਜਾਂ ਢਾਹ ਲਾਉਣ ਦਾ ਯਤਨ ਕੀਤਾ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਉਹਨਾਂ ਦੀ ਖੋਤੀ ਹੋਵੇਗੀ ਇਸ ਵੰਦੀ ਭੇਜੇ ਗਏ ਪੱਤਰ ਵਿੱਚ 17 ਅਕਾਲੀ ਸਾਬਕਾ ਮੰਤਰੀਆਂ ਦੇ ਨਾਂ ਸ਼ਾਮਲੇ ਜਿਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਾਲ 2007 ਤੋਂ ਸਾਲ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਹੁੰਦਿਆ ਕੁਝ ਗੁਨਾਹ ਹੋਏ ਨੇ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਤੇ ਸਿੱਖ ਸੰਸਥਾਾਂ ਦਾ ਮਾਨ ਸਨਮਾਨ ਘਟਿਆ ਹੈ ਇਸ ਨਾਲ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਵੀ ਕਮਜ਼ੋਰ ਹੋਇਆ ਹੈ ਇਸ ਵੰਦ ਵਿੱਚ ਉਹਨਾਂ ਦਾ ਸਪਸ਼ਟੀਕਰਨ ਅਕਾਲ ਤਖਤ ਤੇ ਪੁੱਜਿਆ ਇਸ ਵੰਦ ਵਿੱਚ ਜਥੇਦਾਰ ਵੱਲੋਂ ਆਦੇਸ਼ ਕੀਤਾ ਗਿਆ ਹੈ ਕਿ ਉਹ ਹੋਗਾ ਪੁੱਲਾਂ ਵਾਸਤੇ 2 ਦਸੰਬਰ ਨੂੰ ਅਕਾਲ ਤਖਤ ਵਿਖੇ ਪੇਸ਼ ਹੁਣ ਇਸ ਪੱਤਰ ਵਿੱਚ ਸਾਬਕਾ ਮੰਤਰੀ ਡਾਕਟਰ ਆਪੇਂਦਰਜੀਤ ਕੌਰ ਆਦੇਸ਼ ਪ੍ਰਤਾਪ ਸਿੰਘ ਕੈਰੋ ਗੁਲਜਾਰ ਸਿੰਘ ਰੈਣੀਕੇ ਪਰਮਿੰਦਰ ਸਿੰਘ ਸੂਚਾ ਸਿੰਘ ਲੰਗਾ ਜਨਮੇਜਾ ਸਿੰਘ ਹੀਰਾ ਸਿੰਘ ਸਰਬਨ ਸਿੰਘ ਫਲੋਰ ਸੋਨ ਸਿੰਘ ਡਾਕਟਰ ਦਲਜੀਤ ਸਿੰਘ ਚੀਮਾ ਸ਼ਕੰਦਰ ਸਿੰਘ ਮਲੂਕਾ ਬੀਬੀ ਜੰਗੀਰ ਕੌਰ ਵਿਕਰਮ ਸਿੰਘ ਮਜੀਠੀਆ ਸਰਦਾਰ ਮਨਪ੍ਰੀਤ ਸਿੰਘ ਬਾਦਲ ਸ਼ਰਨਜੀਤ ਸਿੰਘ ਸੁਰਜੀਤ ਸਿੰਘ ਤੇ ਮਹੇਸ਼ ਇੰਦਰ ਸਿੰਘ ਦੇ ਨਾਂ ਸ਼ਾਮਲ ਨੇ ਇਸ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਨੂੰ ਵੱਖਰੇ ਤੌਰ ਤੇ ਪੱਤਰ ਵੀ ਭੇਜਿਆ ਗਿਆ ਹੈ ਚਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮਤ ਸਰੇ ਨੇ ਸਮਾਗਮ ਦੌਰਾਨ ਚਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਹਲਫ ਲਿਆ। ਇਸ 49 ਸਾਲਾਂ ਕਬਾਈਲੀ ਆਗੂ ਨੂੰ ਚਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਮੁੱਖ ਮੰਤਰੀ ਵਜੋਂ ਅਹੁਦੇ ਤੇ ਰਾਜਦਾਰੀ ਦੀ ਸੌਂਚਾਈ। ਹਲਫਦਾਰੀ ਸਮਾਗਮ ਸੂਬੇ ਦੀ ਰਾਜਧਾਨੀ ਰਾਂਜੀ ਦੇ ਮੋਰਾਵਾਦੀ ਮੈਦਾਨ ਵਿੱਚ ਹੋਇਆ। ਜਿਸ ਦੌਰਾਨ ਕਾਂਗਰਸ ਪ੍ਰਧਾਨ ਮਾਲਿਕ ਅਰਜੁਨ ਖੜਗੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਤੇ ਆਪ ਆਗੂ ਅਰਵਿੰਦ ਕੇਜਵਾਲ ਪੰਜਾਬ ਦੇ ਮੁੱਖ ਮੰਤਰੀ ਮਾਨਸ ਨੇ ਇੰਡੀਆ ਗੱਠਜੋੜ ਦੇ ਵੱਡੀ ਗੈਂਦੀ ਆਗੂ ਮਜੂਦ ਸਨ ਉਹ ਹਲਫ ਲੈਂਡ ਤੋਂ ਪਹਿਲਾਂ ਜੀਐਮਐਮ ਦੇ ਪ੍ਰਧਾਨ ਤੇ ਆਪਣੇ ਪਿਤਾ ਸ਼ਿਭੂ ਸੁਰੇਨ ਨੂੰ ਮਿਲੇ ਜੀਐਮਐਮ ਆਗੂ ਹੇਮੰਤਰੇਨ ਦਾ ਮੁੱਖ ਮੰਤਰੀ ਬਜੋ ਇਹ ਚੌਥਾ ਕਾਰਜਕਾਲ ਹੈ ਹਿਮੰਤ சுரேਨ ਨੇ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਗਮਲੀ ਯੇਲ ਹੇਮ ਬ੍ਰੌਮ ਨੂੰ 39791 ਵੋਟਾਂ ਦੇ ਫਰਕ ਨਾਲ ਹਰਾ ਕੇ ਆਪਣੀ ਐਸਟੀ ਰਕਮੀ ਬਰਹਾਤ ਸੀਟ ਪਰ ਕਰਾਰ ਰੱਖੀ ਹੈ ਜੀਐਮਐਮ ਦੀ ਅਗਵਾਈ ਹੇੜਲੇ ਗਠਜੋੜ ਨੇ 81 ਮੈਂਬਰੀ ਝਾਰਖੰਡ ਵਿਧਾਨ ਸਭਾ ਵਿੱਚ 56 ਸੀਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਜਦਕਿ ਭਾਜਪਾ ਦੀ ਅਗਵਾਈ ਹੇੜਲੇ ਐਨਡੀਏ ਨੂੰ 24 ਸੀਟਾਂ ਉੱਤੇ ਹੀ ਸਬਰ ਕਰਨਾ ਪਿਆ ਭਾਰਤ ਦੇ ਜੰਮੂ ਕਸ਼ਮੀਰ ਤੇ ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਹਾਲਾਂਕਿ ਦੋਵੇਂ ਥਾਈ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਜੰਮੂ ਕਸ਼ਮੀਰ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 5.8 ਮਾਪੀ ਗਈ ਹੈ ਜਦਕਿ ਪਾਕਿਸਤਾਨ ਵਿੱਚ 5.2 ਤੀਬਰਤਾ ਦਾ ਭੂਚਾਲ ਆਇਆ ਇਸ ਦੌਰਾਨ ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਕਰੀਬ 4:19 ਮਿੰਟ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉਹਨਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਵਿੱਚ 36.49 ਡਿਗਰੀ ਉੱਤਰੀ ਅਕਸ਼ਾਂਸ਼ ਤੇ 72.27 ਡਿਗਰੀ ਪੂਰਬੀ ਦੇਸ਼ਾਂਤਰ ਤੇ 165 ਕਿਲੋਮੀਟਰ ਤੇ ਡੂੰਘਾਈ ਤੇ ਸੀ ਉਹਨਾਂ ਦੱਸਿਆ ਕਿ ਅਜੇ ਤੱਕ ਕਸ਼ਮੀਰ ਕਾਟੀ ਵਿੱਚ ਕੀਤੇ ਵੀ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਦੂਜੇ ਪਾਸੇ ਪਾਕਿਸਤਾਨ ਦੇ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਤੇ ਤਜਾਕਿਸਤਾਨ ਦਰਮਿਆਨ ਸਰਹੱਦੀ ਖੇਤਰ ਦੇ ਨੇੜੇ ਸੀ ਤੇ ਇਸ ਦੀ ਡੂੰਘਾਈ 212 ਕਿਲੋਮੀਟਰ ਸੀ ਸਥਾਨਕ ਅਧਿਕਾਰੀਆਂ ਅਨੁਸਾਰ ਪੇਸ਼ਾਵਰ ਤੇ ਖੈਬਰ ਪਖਤੂਨਖਵਾਦੇ ਦੇ ਕਈ ਖੇਤਰਾਂ ਵਿੱਚ ਭੁਚਾਲ ਦੀ ਝਟਕੇ ਮਹਿਸੂਸ ਕੀਤੇ ਗਏ ਜ਼ਿਕਰਯੋਗ ਹੈ ਕਿ 2 ਹਫ਼ਤੇ ਪਹਿਲਾਂ ਖੈਬਰ ਪਖਤੂਨਖਵਾਦੇ ਮਿੰਗੋਰਾ ਤੇ ਨੇੜਲੇ ਇਲਾਕਿਆਂ ਵਿੱਚ 4.1 ਤੀਬਰਤਾ ਦਾ ਭੁਚਾਲ ਆਇਆ ਸੀ ਤੇ ਇਸ ਦੀ ਡੂੰਘਾਈ 213 ਕਿਲੋਮੀਟਰ ਸੀ ਸਾਈਬਰ ਅਤੇ ਓਖਾ ਤੜੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਕੇਸ ਤਹਿਤ ਦਿੱਲੀ ਵਿੱਚ ਫਾਰਮ ਹਾਊਸ ਤੇ ਛਾਪਾ ਮਾਰਨ ਗਏ ਈਡੀ ਟੀਮ ਤੇ ਹਮਲਾ ਕੀਤਾ ਗਿਆ ਜਿਸ ਤੇ ਟੀਮ ਦਾ ਇੱਕ ਮੈਂਬਰ ਜ਼ਖਮੀ ਹੋ ਗਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਏਜੰਸੀ ਨੇ ਇਸ ਘਟਨਾ ਜਿਹੜੀ ਸੂਰਜ ਜਾਦਵ ਦੀ ਅਗਵਾਹੀ ਵਾਲੀ ਈਡੀ ਟੀਮ ਵੱਲੋਂ ਕੌਮੀ ਰਾਜਧਾਨੀ ਦੇ ਵਿਸ਼ਵਾਸਨ ਇਲਾਕੇ ਸ਼ਾਪੇ ਮਾਰਨ ਦੌਰਾਨ ਵਾਪਰੀ ਹੈ ਸਬੰਧੀ ਐਫ ਆਈ ਆਰ ਦਰਜ ਕਰਵਾਈ ਹੈ ਅਧਿਕਾਰੀਆਂ ਮੁਤਾਬਕ ਘਟਨਾ 'ਚ ਜ਼ਖਮੀ ਹੋਇਆ ਈਡੀ ਅਧਿਕਾਰੀ ਮੋਦਲੀ ਸਹਾਇਤਾ ਲੈਨ ਮੰਗਰੂ ਤਲਾਸ਼ੀ ਮਹਿੰਮ 'ਚ ਜੁਟ ਗਿਆ ਹੈ ਇਹ ਜਾਂਚ ਪੀਵਾਈਪੀਐਲ ਐਪਲੀਕੇਸ਼ਨ ਖਿਲਾਫ ਦਰਜ ਕੇਸ ਨਾਲ ਸੰਬੰਧਿਤ ਹੈ ਦਿੱਲੀ ਪੁਲਿਸ ਨੇ ਇੱਕ ਬਿਆਨ ਜਾਰੀ ਦੱਸਿਆ ਕਿ ਵਿਜਵਾਸਨ ਇਲਾਕੇ ਦੀ ਟੀਮ ਤੇ ਹਮਲੇ ਦੀ ਸੂਚਨਾ ਮਿਲ ਮਗਰੋਂ ਕਪਾਸੀਰਾ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਬਿਆਨ ਮੁਤਾਬਕ ਪੇਸ਼ੇਵਰ ਜੋ ਚਾਰਟਰਡ ਅਕਾਊਂਟੈਂਟ ਅਸ਼ੋਕ ਕੁਮਾਰ ਸ਼ਰਮਾ ਫਾਰਮ ਹਾਊਸ ਦਾ ਮਾਲਕ ਹੈ ਈਡੀ ਟੀਮ ਤੇ ਹਮਲੇ ਦੇ ਸਬੰਧ ਚ ਅਸ਼ੋਕ ਦੇ ਰਿਸ਼ਤੇਦਾਰ ਜਸ਼ ਨੂੰ ਹਿਰਾਸਤ ਚ ਲਿਆ ਗਿਆ ਤੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਅਸ਼ੋਕ ਤੇ ਜਸ਼ ਈਡੀ ਟੀਮ ਤੇ ਹਮਲੇ ਚ ਸ਼ਾਮਲ ਸਨ ਇਡੀ ਵੱਲੋਂ ਇੱਕ ਕਾਰਵਾਈ 14 ਸੀ ਤੇ ਵਿੱਤੀ ਖੁਫੀਆ ਯੂਨਿਟ ਤੋਂ ਫਿਸ਼ਿੰਗ ਕਯੂਆਰ ਕੋਡ ਧੋਖਾਧੜੀ ਤੇ ਪਾਰਟ ਟਾਈਮ ਨੌਕਰੀਆਂ ਦਾ ਲਾਲਚ ਦੇ ਕੇ ਧੋਖਾਧੜੀ ਵਰਗੇ ਸਾਈਬਰ ਅਪਰਾਧਾ ਰਾਈ ਕਈ ਲੋਕਾਂ ਨਾਲ ਧੋਖਾਧੜੀ ਦੀ ਜਾਣਕਾਰੀ ਮਿਲਣ ਮੰਗਰੋ ਸ਼ੁਰੂ ਕੀਤੀ ਗਈ ਹੈ ਜਾਂਚ ਜੇ ਪਤਾ ਲੱਗਾ ਕਿ ਇਸ ਸਾਈਬਰ ਧੋਖਾਧੜੀ ਰਾਈ ਇਕੱਠੇ ਕੀਤੇ ਪੈਸਿਆਂ ਨੂੰ ਨਜਾਇਜ਼ ਖਾਤੇ ਰਾਹੀਂ ਡੈਬਿਟ ਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਕੱਢਿਆ ਜਾ ਰਿਹਾ ਸੀ ਵੀ ਯੂ ਨੋ ਮਾਰਕੀਟਿੰਗ ਸਰਵਿਸਿਜ਼ ਲਿਮਿਟਿਡ ਤੇ ਸਬੰਧਤ ਫਰਮਾਂ ਤੇ ਵਿਅਕਤੀਆਂ ਖਿਲਾਫ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਚ ਜੀੜੀ ਵੱਲੋਂ ਪੰਜਾਬ ਦੇ ਮੁਹਾਲੀ ਤੇ ਉੱਤਰ ਪ੍ਰਦੇਸ਼ ਦੇ ਨੁਆਈੜਾ ਵਿੱਚ ਪੰਜ ਥਾਵਾਂ ਤੇ ਛਾਪੇ ਮਾਰੀ ਗਏ ਜਿਸ ਦੌਰਾਨ ਏਜੰਸੀ ਵੱਲੋਂ ਕਈ ਇਤਰਾਜ਼ਯੋਗ ਦਸਤਾਵੇਜ਼ ਤੇ ਰਿਕਾਰਡ ਜ਼ਬਤ ਕੀਤੇ ਗਏ ਨੇ ਈਡੀ ਦੇ ਜਲੰਧਰ ਜਨ ਦਫ਼ਤਰ ਨੇ ਗੌਤਮ ਬੁੱਧ ਨਾਗਰ ਨੁਆਈੜਾ ਪੁਲਿਸ ਵੱਲੋਂ ਬੀ ਐਨ ਐਸ ਦੀਆਂ ਧਰਾਵਾਂ ਤਹਿਤ ਦਰਜ ਐਫ ਆਈ ਆਰ ਦੇ ਆਧਾਰ ਤੇ 26 ਨਵੰਬਰ ਨੂੰ ਤਲਾਸ਼ੀ ਮਹਿਮ ਚਲਾਈ ਸੀ ਇਹ ਐਫ ਆਈ ਆਰ ਈਡੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਦਰਜ ਕੀਤੀ ਗਈ ਸੀ ਈਡੀ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਪਤਾ ਲੱਗਾ ਸੀ ਕਿ ਵੀਊ ਨੋ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨੇ ਵੀਊ ਨੋ ਇਨਫੋਟੈਕ ਪ੍ਰਾਈਵੇਟ ਲਿਮਟਿਡ ਜੇਬਾਈਡ ਇਨਫੋਟੈਕ ਪ੍ਰਾਈਵੇਟ ਲਿਮਟਿਡ ਤੇ ਜੇਬਾਈਡ ਰੈਟਲ ਪਲਾਨੇਟ ਪ੍ਰਾਈਵੇਟ ਲਿਮਟਿਡ ਨਾਲ ਮਿਲਿ ਬੁਕਤ ਕਰਕੇ ਕਈ ਨਿਵੇਸ਼ਕਾਂ ਨੂੰ ਕਲਾਊਡ ਪਾਰਟੀਕਲਜ਼ ਵੇਚਣ ਦਾ ਚਾਂਸਾ ਦੇ ਕੇ ਆਪਣੇ ਪੈਸੇ ਨਿਵੇਸ਼ ਕਰ ਲਈ ਕਿਹਾ ਤੇ ਬਦਲੇ ਚ ਇਨ੍ਹਾਂ ਪਾਰਟੀਕਲਜ਼ ਨੂੰ ਵੱਧ ਕੀਮਤ ਤੇ ਕਿਰਾਏ ਤੇ ਦੇਣ ਦਾ ਲਾਲਚ ਦਿੱਤਾ ਜਦਕਿ ਅਸਲ ਚ ਇਸ ਸਭ ਲਈ ਉਹਨਾਂ ਕੋਲ ਬੁਨਿਆਦੀ ਢਾਂਚਾ ਵੀ ਨਹੀਂ ਸੀ ਦਿੱਲੀ ਹਾਈ ਕੋਰਟ ਨੇ ਸਿਵਲ ਸੇਵਾਵਾਂ ਮਾਪ੍ਰੀਖਿਆ 2022 ਚ ਧੋਖਾਧੜੀ ਕਰਨ ਤੇ ਗਲਤ ਟੰਗ ਨਾਲ OBC ਤੇ ਦਿਵਿਆਂਗ ਕੋਟਾ ਦੇ ਲਾਭ ਲੈਣ ਦੇ ਦੋ ਸ਼ੀਟ ਬਰਖਾਸਤ ਪ੍ਰੋਵੀਜ਼ਨਰ ਆਈਏ ਅਦਕਾਰੀ ਪੂਜਾ ਖੇੜਕਰ ਦੀ ਅਗਾਊਂ ਜ਼ਮਾਨਤ ਅਰਜੀ ਤੇ ਆਪਣਾ ਫੈਸਲਾ ਰਾਕ ਮਾਰ ਅਖ ਲਿਆ ਹੈ ਜਸਟਿਸ ਚੰਦਰ ਧਾਰੀ ਸਿੰਘ ਨੇ ਆਖਿਆ ਕਿ ਪੂਜਾ ਖੇੜਕਰ ਨੂੰ ਗ੍ਰਿਫਤਾਰੀ ਤੋਂ ਦਿੱਤੀ ਗਈ ਆਂਤ੍ਰਿਮ ਸੁਰੱਖਿਆ ਇਸ ਦੌਰਾਨ ਚੱਲੀ ਰਹੇਗੀ ਦਿੱਲੀ ਪੁਲਿਸ ਤੇ ਸ਼ਿਕਾਇਤਕਰਤਾ ਯੂਪੀਐਸਸੀ ਦੇ ਵਕੀਲ ਵੱਲੋਂ ਪੂਜਾ ਖੇੜਕਰ ਦੀ ਅਗਾਊ ਜਮਾਨਤ ਅਰਜੀ ਦਾ ਵਿਰੋਧ ਕੀਤੇ ਜਾਣ ਮਗਰੋਂ ਅਦਾਲਤ ਨੇ ਕਿਹਾ ਹੈ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਗੀਆਂ ਨੇ ਹੁਕਮ ਨੂੰ ਰਾਖਮਾਰ ਰੱਖਿਆ ਜਾਂਦਾ ਸੁਣਵਾਈ ਦੌਰਾਨ ਖੇੜਕਰ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਪੂਜਾ ਜਾਂਚ ਜੀ ਸ਼ਾਮਲ ਹੋਉਂਦੀ ਇਚਕ ਹੈ ਉਹਨੇ ਕਿਹਾ ਕਿ ਸਾਰੀ ਸਮਗਰੀ ਦਾਸਤਾਵੇਜ਼ ਦੀ ਪ੍ਰਕਿਰਤੀ ਦੀ ਹੈ ਇਸ ਕਰਕੇ ਉਸ ਦੀ ਹਿਰਾਸਤ ਦੀ ਕੋਈ ਲੋੜ ਨਹੀਂ ਹੈ ਹਾਲਾਂਕਿ ਦਿੱਲੀ ਪੁਲਿਸ ਦੇ ਵਕੀਲ ਨੇ ਦਾਵਾ ਕੀਤਾ ਹੈ ਕਿ ਅਪਰਾਧ ਚ ਹੋਰ ਲੋਕਾਂ ਦੀ ਸ਼ਮੂਲੀਅਤ ਦਾ ਪਤਾ ਲਾਉਣ ਲਈ ਖੇੜਕਰ ਤੋਂ ਹਿਰਾਸਤਚ ਪੁੱਛ ਪੜਤਾਲ ਦੀ ਲੋੜ ਹੈ ਦੱਸਣਯੋਗ ਹੈ ਕਿ ਹਾਈ ਕੋਰਟ ਨੇ 12 ਅਗਸਤ ਨੂੰ ਪੂਜਾ ਕੀੜਕਰ ਨੂੰ ਗ੍ਰਿਫਤਾਰੀ ਤੋਂ ਅੰਤਰਮ ਸੁਰੱਖਿਆ ਦਿੱਤੀ ਸੀ ਜਿਸ ਨੂੰ ਸਮੇ ਸਮੇਂ ਤੇ ਵਿਦਾਇਆ ਗਿਆ ਸਰਗਰਮ ਸਿਆਸਤ ਵਿੱਚ ਸ਼ਾਮਲ ਹੋਣ ਦੇ 5 ਸਾਲ ਬਾਅਦ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਆਪਣੀ ਯਾਤਰਾ ਸ਼ੁਰੂ ਕਰਨ ਲਈ ਕਾਂਗਰਸ ਆਗੂ ਪ੍ਰਿਆੰਕਾ ਗਾਂਧੀ ਨੇ ਸविताਨ ਦੀ ਕਾਪੀ ਹੱਥ 'ਚ ਫੜ ਕੇ ਲੋਕ ਸਭਾ ਮੈਂਬਰ ਬਜੋ ਸੋਚੂਗੀ ਇਸੇ ਤਰ੍ਹਾਂ ਨਾਡੇੜ ਜਿਮਨੀ ਚੌਂਚ ਜਿੱਤ ਦਰਜ ਕਰਨ ਵਾਲੇ ਕਾਂਗਰਸ ਦੇ ਸੰਸਦ ਮੈਂਬਰ ਰਵਿੰਦਰ ਜਵਾਨ ਨੇ ਮਰਾਠੀ ਭਾਸ਼ਾ 'ਚ ਹਲਫ ਲਿਆ 52 ਸਾਲਾ ਪ੍ਰਿਆੰਗਾ ਇੱਕ ਸੰਸਦ ਮੈਂਬਰ ਬਜੋ ਆਪਣੀ ਮਾਂ ਸੋਨੀਆ ਗਾਂਧੀ ਤੇ ਭਰਾ ਰਾਹੁਲ ਗਾਂਧੀ ਨਾਲ ਸੰਸਦ 'ਚ ਇੱਕ ਹੀ ਪਰਿਵਾਰ ਦੇ ਤਿੰਨ ਸੰਸਦ ਮੈਂਬਰ ਹੂਣ ਦੀ ਵਿਲੱਖਣ ਮਿਸਾਲ ਹੈ ਪ੍ਰਿਆੰਗਾ ਨੇ ਹਿੰਦੀ ਚ ਸੌ ਚੁੱਕੀ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਨੇ ਸੌ ਚੁੱਕਦੇ ਸਮੇਂ ਸੰਵਿਧਾਨ ਦੀ ਲਾਲ ਤੇ ਕਾਲੀ ਕਾਪੀ ਫੜੀ ਹੋਈ ਸੀ ਜੋ ਰਾਹੁਲ ਗਾਂਧੀ ਆਪਣੀਆਂ ਜਨਤਕ ਰੈਲੀਆਂ ਚ ਦਿਖਾਉਂਦੇ ਨੇ ਪ੍ਰਿਆੰਕਾ ਗਾਂਧੀ ਦੇ ਸੌ ਚੁੱਕਣ ਸਮੇਂ ਕਾਂਗਰਸ ਦੇ ਸੰਸਦ ਮੈਂਬਰ ਜੋੜੋ ਜੋੜੋ ਭਾਰਤ ਜੋੜੋ ਦੇ ਨਾਅਰੇ ਮਾਰ ਰਹੇ ਸਨ ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਉਹਨਾਂ ਦੀ ਮਾਂ ਤੇ ਕਾਂਗਰਸ ਸੰਸਦ ਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਉਹਨਾਂ ਦੇ ਪਤੀ ਰੌਬਰਟ ਬਾਂਡਰਾ ਪੁੱਤਰ ਰਿਹਾਨ ਤੇ ਧੀ ਮраяਾ ਦਰਸ਼ਕ ਗੈਲਰੀ 'ਚ ਬੈਠੇ ਸੀ ਇਸ ਤੋਂ ਪਹਿਲਾਂ ਪ੍ਰਿਆੰਕਾ ਗਾਂਧੀ ਸੰਸਦ ਦੀ ਕੰਪਲੈਕਸ ਵਿੱਚਲੇ ਕਾਂਗਰਸ ਸੰਸਦ ਦੀ ਪਾਰਟੀ ਦੇ ਦਫ਼ਤਰ ਚ ਗੁਜੀ ਜਿੱਥੇ ਪਾਰਟੀ ਆਗੂਆਂ ਨੇ ਉਹਨਾਂ ਨੂੰ ਛੁੱਭ ਕਾਮਨਾਮਾ ਦਿੱਤੀਆਂ ਸੌ ਚੁੱਕਣ ਮੰਗਰੋ ਪ੍ਰਿਆੰਕਾ ਨੇ ਰਸਮੀ ਕਾਰਵਾਈ ਪੂਰੀ ਕੀਤੀ ਤੇ ਆਪਣੇ ਭਰਾ ਰਾਹੁਲ ਗਾਂਧੀ ਨੂੰ ਗਲੇ ਲਾ ਕੇ ਮਿਲੇ ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ ਇਸ ਬਲੇਟਨ ਦੇ ਸਪான்ਸਰਸ ਹਨ ਸ਼ੇਅਰ ਆਟਾ ਮੇਡ ਇਨ ਕੈਨੇਡਾ ਐਂਡ ਸਟਾਰਗੇਟ ਲੱਜਸਟ ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ